ਸਰਕਾਰ ਵੱਲੋਂ ਅਤੇ ਸਾਡੇ ਉੱਚ ਅਫਸਰਾਂ ਵੱਲੋਂ ਜੋ ਡਾਇਰੈਕਸ਼ਨ ਨੇ ਨਸ਼ਿਆਂ ਦੇ ਵਿਰੁੱਧ ਮੁਹਿੰਮ ਚੱਲਦੀ ਆ ਜਿਹੜੀ ਡਰੱਗ ਸੰਬੰਧੀ, ਉਹਦੇ 'ਚ ਕਾਮਯਾਬੀ ਮਿਲੀ ਸਾਡੇ ਜੰਡਿਆਲਾ ਪੁਲਿਸ ਨੂੰ, ਅਤੇ ਉਹਦੇ 'ਚ 3 ਜਿਹੜੇ ਡਰੱਗ ਸਪਲਾਇਰ ਨੇ ਉਹ ਫੜੇ ਨੇ ਕੱਲ੍ਹ ਦੇ, ਇਹਨਾਂ ਕੋਲ ਡਰੱਗ ਰਿਕਵਰ ਹੋਈ ਆ, ਇਲੈਕਟ੍ਰੋਨਿਕ ਕੰਡਾ ਵਗੈਰਾ ਵੀ ਰਿਕਵਰ ਹੋਇਆ, ਅੱਜ ਇਹਨਾਂ ਦਾ ਪੁਲਿਸ ਰਿਮਾਂਡ ਲੈ ਰਹੇ ਹਾਂ। ਅਤੇ ਇਹ ਕਿੱਥੋਂ ਕਿੱਥੋਂ ਡਰੱਗ ਦੀ ਖਰੀਦ ਕਰਦੇ ਸੀ, ਅੱਗੇ ਕਿੱਥੇ ਕਿੱਥੇ ਵੇਚਦੇ, ਇਹਨਾਂ ਦੇ ਬੈਕਵਰਡ ਫਾਰਵਰਡ ਲਿੰਕ ਜਿਹੜੇ ਆ ਉਹ ਸਾਰੇ ਅਸਟੈਬਲ ਕਰ ਰਹੇ ਹਾਂ ਜੀ, ਅਤੇ ਸਖਤੀ ਦੇ ਨਾਲ ਡਰੱਗ ਵਿਕਰੇਤਾ ਨਾਲ ਨਜਿੱਠਿਆ ਜਾਏਗਾ। ਕਿੰਨੀ ਮਾਤਰਾ ਚ ਫੜੀ ਗਈ? ਫਿਲਹਾਲ ਵਾਲੇ 20 ਗ੍ਰਾਮ ਇਹਨਾਂ ਕੋਲ ਹੁਣ ਲਿਆ ਕੇ ਇਹਨਾਂ ਨੂੰ ਰਿਮਾਂਡ 'ਤੇ, ਅਤੇ ਵੱਧ ਰਿਕਵਰੀ ਹੋਣ ਦੇ ਚਾਂਸ। ਕੋਈ ਪ੍ਰੋਫੈਸ਼ਨਲ ਆ ਕਿ ਨਵੇਂ ਆ? ਅਡਿਕਟਡ ਨੇ, ਅਤੇ ਫਿਰ ਸੇਲ ਪਰਚੇਜ ਵੀ ਕਰਦੇ ਆ ਜੀ। ਹਾਂਜੀ, ਪਹਿਲਾਂ ਵੀ ਪਰਚੇ ਹੈਗੇ ਨਾ ਦੇ ਡਰੱਗ ਦੇ ਕੋਈ? ਪਹਿਲਾਂ ਮੈਂ ਦੇਖ ਰਿਹਾ ਰਿਕਾਰਡ ਘੋਖ ਰਿਹਾ, ਇੱਕ ਤੇ ਹੈ, ਦੋਵਾਂ 'ਤੇ ਨਹੀਂ ਹੈ, ਪਰ ਉਹ ਵੀ ਨਾਲ ਲੱਗ ਕੇ ਅਤੇ ਇਹ ਮਾੜੇ ਧੰਦੇ 'ਚ ਰਹਿੜੇ ਹੋਏ। ਨਸ਼ਾ ਕਾਫੀ ਫੜਿਆ ਜਾਂਦਾ, ਪਰ ਫਿਰ ਵੀ ਨਸ਼ਾ ਖਤਮ ਨਹੀਂ ਹੋ ਰਿਹਾ, ਕੀ ਗੱਲ? ਨਹੀਂ, ਕਾਫੀ ਹੱਦ ਤੱਕ ਕਾਬੂ ਆ ਜੀ, ਸਾਡਾ ਪੰਜਾਬ ਪੁਲਿਸ ਪੂਰੇ ਪੰਜਾਬ 'ਚ ਹੀ ਲੱਗੀ ਹੋਈ ਹੈ, ਅਤੇ ਤੁਹਾਡਾ ਪਬਲਿਕ ਦਾ ਵੀ ਸਹਿਯੋਗ ਕਾਫੀ ਮਿਲ ਰਿਹਾ, ਅਤੇ ਸਾਡੀ ਪੂਰੀ ਔਰ ਯਤਨ ਅਤੇ ਕੋਸ਼ਿਸ਼ ਹੈ ਇਹਨੂੰ ਖਤਮ ਕਰਾਂਗੇ।